ਅਮਰਤਾ ਪ੍ਰੀਤਮ ਦੀ ਪੁਸਤਕ ਇੱਕ ਸੀ ਸਾਰਾ ਦਾ ਅਗਲਾ ਭਾਗ ਇੱਕ ਚੀਕ ਦਾ ਇਤਿਹਾਸ ਕੰਧਾਂ ਫਾਸਲਿਆਂ ਤੇ ਮੁਠਾਂ ਤੋਂ ਆਪਣੇ ਜਿਸਮ ਨੂੰ ਚੁਰਾਉਂਦੀ ਹੋਈ ਸਾਰਾ ਦੀ ਇੱਕ ਨਜ਼ਮ ਮੇਰੇ ਕੋਲੇ ਪਹੁੰਚੀ ਅਮਰਤਾ ਆਖਰ ਕਿਦੇ ਨਾਲ ਗੱਲ ਕਰਾਂ ਇਨਸਾਨ ਉਹ ਹੈ ਜੋ ਬਦੀ ਨੂੰ ਵੀ ਇਮਾਨਦਾਰੀ ਨਾਲ ਖਰਚ ਕਰੇ ਸਾਡਾ ਅੱਧਾ ਤੜਨੇ ਕੀਏ ਤੇ ਅੱਧਾ ਤੜਪਦੇ ਇਹ ਗੱਲ ਤੇ ਸੋਚਣਾ ਪਵੇਗਾ ਨਹੀਂ ਤਾਂ ਲੋਹਾ ਸਾਨੂੰ ਚਬਾ ਜਾਏਗਾ ਸਲਾਖ ਤਰਾਸ਼ੋ ਕਿ ਕੈਦ ਦਾ ਨਵਾਂ ਮਤਲਬ ਸਾਹਮਣੇ ਆਵੇ ਲਫ਼ਜ਼ ਬੜਾ ਆਦਮਖੋਰ ਹੁੰਦਾ ਹੈ ਇਹ ਰੱਦੀ ਪਸੰਦ ਨਹੀਂ ਕਰਦਾ ਅਸੀਂ ਵੰਡੇ ਜਾਂਦੇ ਆ ਤਾਂ ਲਫ਼ਜ਼ ਜਨਮ ਲੈਂਦਾ ਤੇ ਉਹਦੀ ਵੀ ਉਮਰ ਹੁੰਦੀ ਹੈ ਅੱਜ ਟੁੱਟੇ ਹੋਏ ਮਕਾਨਾਂ ਕੋ ਮਕਾਨ ਕੋਲੋਂ ਲੰਗੀ ਤਾਂ ਮੇਰੀ ਨਿੰਮੀ ਨਿੰਮੀ ਮਹਿਕ ਢਲ ਚੁੱਕੀ ਸੀ ਦੱਸਣ ਵਾਲਿਆਂ ਦੱਸਿਆ ਇਨਸਾਨੀ ਝੁਗੇ 'ਚ ਤੇਰਾ ਅੰਗ ਅੰਗ ਖਿਲ ਰਿਆ ਪਿਆ ਸੀ ਤੇ ਤੋਬਾ ਕਰਨ ਵਾਲੇ ਥੁੱਕ ਰਹੇ ਸਨ ਦੋ ਇਹ ਸਾਰੀਆਂ ਦੁਕਾਨਾਂ ਕਿਸ਼ਤਾਂ ਤੇ ਸਨ ਤੇ ਮੈਂ ਦੱਸਣ ਵਾਲੇ ਦੀਆਂ तमाम ਕਿਸ਼ਤਾਂ ਪੂਰੀਆਂ ਨਹੀਂ ਕਰ ਸਕੀ ਸੀ ਦੱਸਣ ਵਾਲਿਆਂ ਦੱਸਿਆ ਕਿ ਤੂੰ ਇੰਨੀ ਮਿੱਠੀ ਸੈਂ ਕਿ ਤੇਰੇ ਲੂਣ ਤੇ ਮੱਖੀਆਂ ਭਿੰਨ ਬਣਾ ਰਹੀਆਂ ਸਨ ਤੂੰ ਇੰਨੀ ਨੇਕ ਸੈਂ ਕਿ ਰੱਬ ਵਾਂਗ ਲੋਕ ਤੇਰੇ ਤੋਂ ਮੁਨਕਰ ਹੋ ਰਹੇ ਸਨ ਤੇ ਤੇਰੇ ਤੋਂ ਇੱਕ ਕੈਦਖਾਨਾ ਸ਼ੁਰੂ ਹੁੰਦਾ ਹੈ ਤੇ ਮੇਰੀ ਆਵਾਜ਼ ਇੰਨੀ ਪਹੁੰਚ ਦਿੱਤੀ ਗਈ ਕਿ ਮੇਰੇ ਬੁੱਲ ਹਿਲਦੇ ਤਾਂ ਲੋਕ ਹੱਸਦੇ ਨਹੀਂ ਪਰ ਮੇਰੀ ਕੱਟ ਪੁਤਲੀ ਮੇਰੇ ਤੋਂ ਬਹੁਤ ਖੁਸ਼ ਸੀ ਰੋਜ਼ ਤਮਾਸ਼ੇ ਕਰਦੀ ਦੱਸਣ ਵਾਲਿਆਂ ਨੇ ਦੱਸਿਆ ਕਿ ਮੈਂ ਵੱਡਿਆਂ ਦੀਆਂ ਕੰਨੀਆਂ ਚੋਂ ਪੈਸੇ ਚੁਰਾਉਂਦੀ ਰਹੀਆਂ ਮੈਂ ਇਹ ਪੈਸੇ ਕਦੇ ਖਰਚ ਨਹੀਂ ਕੀਤੇ ਖੈਰਾਤ ਕਰ ਦਿੱਤੇ ਤੇ ਮੈਂ ਮੁੱਲ ਦੇ ਪੈਸਿਆਂ ਨਾਲ ਸੁਰਾਈਆਂ ਭਰੀਆਂ ਸਨ ਇਸ ਲਈ ਪਿਆਸ ਮੈਨੂੰ ਮਹਿੰਗੀ ਪਈ ਦੱਸਣ ਵਾਲਿਆਂ ਨੇ ਦੱਸਿਆ ਤੇਰੀ ਕੁੱਖ ਚੋਂ ਪੈਦਾ ਹੋਣ ਵਾਲੀ ਤੇਰੇ ਸਬਰ ਨਾਲ ਮਰ ਗਈ ਤੇਰੀ ਸਖੀ ਬੰਦੀ ਜਲਾਵਤਨ ਕਰ ਦਿੱਤੀ ਗਈ ਤੇਰੇ ਵਤੀਰੇ ਨਾਲ ਜ਼ਾਇਕਾ ਪਕੌੜਾ ਹੋ ਗਿਆ ਤੂੰ ਇੱਕਲ ਵਿੱਚ ਆਚਾਰ ਚੱਟਦੀ ਤੇ ਦੂਰੇ ਹੁੰਦੇ ਹੀ ਤੇ ਦੂਰੀ ਹੁੰਦੀ ਹੀ ਬਾਝ ਕਰ ਦਿੱਤੀ ਜਾਂਦੀ ਦੱਸਣ ਵਾਲਿਆਂ ਨੇ ਦੱਸਿਆ ਕਿ ਖੁਦਾ ਨੁਕਸਾਨ ਵਿੱਚ ਹੈ ਜੱਤੋ ਸਮੁੰਦਰ ਨੇੜੇ ਰਹਿਣ ਲੱਗਾ ਹੈ। ਮਹੱਲੇ ਦੇ ਬਾਲ ਦੂਰ ਦੂਰ ਤੱਕ ਨਹੀਂ ਖੇਡਦੇ। ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਦੱਸਦੀਆਂ ਹਨ ਕਿ ਖੇਡ ਤੋਂ ਵੱਧ ਗੇਂਦ ਮਹਿੰਗੀ ਹੁੰਦੀ ਹੈ। ਜਦ ਮੈਂ ਆਪਣੇ ਕਬੀਲੇ 'ਚ ਸ਼ੇਅਰ ਪੜ੍ਹਦੀਆਂ ਤਾਂ ਲੋਕ ਕਹਿੰਦੇ ਨੇ ਬੜੇ ਵੱਸੀ ਲਫ਼ਜ਼ ਹਨ। ਇਹਨਾਂ ਨੂੰ ਕੌਣ ਦੱਸੇ? ਵੱਸੀ ਹੋਣ ਲਈ ਕਿੰਨਾ ਛੋਟਾ ਹੋਣਾ ਪੈਂਦਾ ਹੈ? ਦੱਸਣ ਵਾਲਿਆਂ ਨੇ ਦੱਸਿਆ ਮੇਰੀ ਮਾਂ ਖੰਗ ਰਹੀਏ ਤੇ ਦਵਾਈ ਦੀ ਖਾਲੀ ਸ਼ੀਸ਼ੀ ਵੀ ਚਾਰਾਂ ਨੇ ਚਾਉਂਦੀ ਹੈ। ਉਦਾ ਦੁੱਖ ਜਾਂਦਾ ਮੈਂ ਜਾਂ ਕਿਸੇ ਵੀ ਇਲਾਕੇ ਦੀ ਕੋਈ ਇੱਕ ਕਬਰ ਦੱਸਣ ਵਾਲਿਆਂ ਨੇ ਦੱਸਿਆ ਕਿ ਨਾਗਮਣੀ ਦੇ ਮੇਲੇ ਤੇ ਬਹੁਤ ਸਾਰੇ ਸੱਪ ਛੱਡੇ ਗਏ ਪਰ ਮੈਂ ਇੰਨੀ ਜ਼ਹਿਰੀਲੀ ਹੋ ਚੁੱਕੀ ਹਾਂ ਕਿ ਆਪਣੇ ਮਨ ਦੇ ਦੁਆਲੇ ਨਹੀਂ ਨੱਚ ਸਕਦੀ ਮੋਰ ਆਪਣੇ ਪੈਰਾਂ ਵੱਲ ਵੇਖ ਕੇ ਰਹਿੰਦਾ ਮੈਂ ਆਪਣੇ ਇਨਸਾਨ ਵੇਖ ਕੇ ਰਹਿੰਦੀ ਹਾਂ ਇਹਨਾਂ ਖੇਤਾਂ ਦੀ ਉਜਰਤ ਹੀ ਸਾਡੀ ਭੁੱਖ ਹੈ ਜੁੱਤੀ ਦੇ ਟੁੱਟਣ ਤੇ ਇੱਕ ਕਿੱਲ ਠੋਕ ਦਿੱਤੀ ਜਾਂਦੀ ਹੈ ਤੇ ਸਫਰ-ਏ-ਜ਼ਾਦ ਕਰ ਲਿਆ ਜਾਂਦਾ ਹੈ ਦੱਸਣ ਵਾਲਿਆਂ ਨੇ ਦੱਸਿਆ ਮੇਰੇ ਮਹੱਲੇ ਦੇ ਬਹੁਤ ਸਾਰੇ ਬੱਚੇ ਹਨ ਕੁਝ ਨੂੰ ਡਿਗਰੀ ਚਵਾ ਜਾਏਗੀ ਕਿਸੇ ਨੂੰ ਸੋਚ ਦੇ ਸ਼ਾਹ ਪਾਰੇ ਅਦਾ ਕਰਨੇ ਪੈਣਗੇ ਕੋਈ ਟਕਸਾਲ ਤੇ ਬਹਿ ਜਾਏਗਾ ਸੂਰਜ ਚੜ੍ਹਨ ਤੋਂ ਪਹਿਲਾਂ ਇਸ ਮਹੱਲੇ ਦਾ ਨਾਮ ਬਦਲ ਦਿੱਤਾ ਜਾਏਗਾ ਤੇ ਇਸ ਮਹੱਲੇ ਦੇ ਮੀਲ ਪੱਥਰ ਉੱਤੇ ਬੱਚਿਆਂ ਦੀ ਉਮਰ ਲਿਖ ਦਿੱਤੀ ਜਾਏਗੀ ਮੈਂ ਵੀ ਪਹਿਲਾਂ ਰੁੱਖਾਂ ਵਾਂਗ ਸੋਚਿਆ ਕਰਦੀ ਸੀ ਆਉਣ ਵਾਲੇ ਨੂੰ ਮੁਬਾਰਕ ਬਾਦ ਦਿੰਦੀ ਸੀ ਤੇ ਜਾਣ ਵਾਲੇ ਨੂੰ ਅਲਵਿਦਾ ਕਹਿੰਦੀ ਸੀ ਸਾਡੇ ਮਹੱਲੇ 'ਚ ਵਟਿਆਂ ਦਾ ਮੁੱਲ ਜ਼ਿਆਦਾ ਤੇ ਅਨਾਜ ਦਾ ਘੱਟ ਇਸ ਲਈ ਸਾਡੀ ਤੱਕੜੀ ਦੇ ਪੱਲੇ ਮੌਸਮ ਨਾਲ ਖੁੱਲਦੇ ਹਨ ਮੇਰੇ ਕਬੀਲੇ ਦੀ ਕੁੱਖ ਤੋਂ ਜਦ ਸਿਰਫ ਚੀਕ ਪੈਦਾ ਹੋਈ ਤਾਂ ਮੈਂ ਆਪਣੇ ਕੁਛੜ 'ਚੋਂ ਬੱਚਾ ਸੁੱਟ ਦਿੱਤਾ ਤੇ ਚੀਕ ਨੂੰ ਕੁਛੜ 'ਚ ਲੈ ਲਿਆ ਮੈਂ ਹੀ ਜਾਣਦੀ ਸੀ ਕਿ ਆਦਵਾਸੀਆਂ ਦੀ ਉਹ ਕਹਾਣੀ ਗੜਕਦੇ ਬੱਦਲਾਂ 'ਚ ਬੱਚਿਆਂ ਦੀਆਂ ਰੂਹਾਂ ਦੀ ਵਿਲਕਣ ਦੀ ਤੇ ਜ਼ਮੀਨ ਉੱਤੇ ਕਿਸੇ ਮਾਂ ਦੀ ਕੁੱਖ ਲੱਭਣ ਦੀ ਇੱਥੋਂ ਤੱਕ ਫੈਲ ਜਾਏਗੀ ਕਿ ਕਿਸੇ ਕਬੀਲੇ 'ਚ ਪੈਦਾ ਹੋਈ ਚੀਕ ਸਾਰਾ ਨੂੰ ਆਪਣੀ ਝੋਲੀ 'ਚ ਲੈਣੀ ਪਵੇਗੀ ਸਾਰਾ ਦੇਸ ਨਜ਼ਮ ਨੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਦਿੱਤੀਆਂ ਜ਼ਮੀਰ ਦਾ ਜ਼ਹਿਰ 11 ਅਕਤੂਬਰ 1982 ਦੀ ਤਾਰੀਖ 'ਚ ਲਿਖਿਆ ਹੋਇਆ ਸਾਰਾ ਦਾ ਖਤ ਖਤ ਮਿਲਿਆ ਅਮ੍ਰਿਤਾ ਇਲੈਕਟ੍ਰਿਕ ਸ਼ੌਕਸ ਲੱਗਣ ਦੀ ਵਜ੍ਹਾ ਨਾਲ ਅਜੇ ਤੱਕ ਤਬੀਅਤ ਠੀਕ ਨਹੀਂ ਹੋਈ ਮੈਂ ਤਾਂ ਇੱਕ ਮਜ਼ਾਕ ਆ ਅਮ੍ਰਿਤਾ 21 ਦਿਨ ਪਾਗਲਖਾਨੇ ਰਹਿ ਕੇ ਆਈਆਂ ਕਦੇ ਪਾਗਲਖਾਨੇ ਕਦੇ ਘਰ ਤੂੰ ਜਿਸ ਮੁਹੱਬਤ ਨਾਲ ਮੈਨੂੰ ਖਤ ਲਿਖੇ ਹਨ ਉਹਦੇ ਲਈ ਮੁਹੱਬਤ ਦਾ ਲਫ਼ਜ਼ ਵੀ ਛੋਟਾ ਹੈ ਮੇਰੇ ਹੱਥ ਬਹੁਤ ਕੰਬਦੇ ਹਨ ਜਿਸਮਾਨੀ ਤਕਲੀਫ ਵੱਧ ਗਈ ਹੈ ਕੰਬਦੇ ਹੱਥਾਂ ਨਾਲ ਤੈਨੂੰ ਖਤ ਲਿਖ ਰਹੀ ਹਾਂ ਇੱਕ ਮਾਂ ਹੈ ਜੋ ਮੇਰੀ ਵਹਿਸ਼ਤ ਚ ਸ਼ਰੀਕ ਰਹਿੰਦੀ ਹੈ ਬਾਕੀ ਤਾਂ ਸਾਰੇ ਲੋਕ ਨਾ ਜ਼ਮੀਨ ਬਣ ਸਕੇ ਨਾ thro ਸਾਰੀ ਰਾਤ ਹੱਥਾਂ ਚ ਬੀਤ ਜਾਂਦੀ ਹੈ ਸੂਲੀ ਉੱਤੇ ਸੌਂਦੀਆਂ ਨਾਦਾਨੀਆਂ ਦੀ ਕੈਦ ਬામੁਸ਼ੱਕਤ ਕੱਟਦੀਆਂ ਬਹੁਤ ਸਰਨਾਟਾ ਹੈ ਯਾਦਦਾਸ਼ਤ ਵੀ ਬਹੁਤ ਖਰਾਬ ਹੋ ਗਈ ਹੈ ਕੁਝ ਦਿਨ ਪਹਿਲਾਂ ਤਾਂ ਕਿਸੇ ਨੂੰ ਨਹੀਂ ਪਛਾਣਦੀ ਸੀ ਅਜੇ ਵੀ ਇਕੱਲਿਆਂ ਕਿਤੇ ਨਹੀਂ ਜਾ ਸਕਦੀ ਰਾਹ ਭੁੱਲ ਜਾਂਦੀ ਹੈ ਬਿਮਾਰੀ ਦੀ وجہ ਨਾਲ ਜੇ ਕਿਤਾਬ ਵੀ ਨਹੀਂ ਛਪ ਸਕੀ ਬਸ ਸਿਰਫ ਪ੍ਰੈਸ ਜਾਣਾ ਬਾਕੀ ਹੈ ਹੋਰ ਸਾਰਾ ਕੰਮ ਤਾਂ ਹੋ ਚੁੱਕਾ ਹੈ ਜਿਉਂ ਹੀ ਤਬੀਅਤ ਕੁਝ ਠੀਕ ਹੋਈ ਆਪਣੀ ਅਮ੍ਰਿਤਾ ਕੋਲ ਜ਼ਰੂਰ ਹਿੰਦੁਸਤਾਨ ਆਵਾਂਗੀ ਛਾਵਾਂ ਦਾ ਦਰਦ ਤਾਂ ਸਿਰਫ ਰੁੱਖਾਂ ਕੋਲ ਹੁੰਦਾ ਹੈ ਅੱਗ ਦਾ ਰੰਗ ਮੇਰੇ ਪੋਟਿਆਂ ਉਤੇ ਰਹਿਣ ਲੱਗ ਪਿਆ ਅਮ੍ਰਿਤਾ ਮੈਂ ਪਾਗਲ ਨਹੀਂ ਹੋਣਾ ਚਾਹੁੰਦੀ ਅਮ੍ਰਿਤਾ ਇੱਕ ਜ਼ਹਿਨ ਸੀ ਉਹ ਵੀ ਸਾਥ ਛੱਡ ਰਿਹਾ ਹੈ ਮੈਂ ਚਿਖਾ ਚ ਰੰਗੀ ਗਈਆਂ ਵਿਕੀਆਂ ਹੋਈਆਂ ਜ਼ਮੀਨਾਂ ਉੱਤੇ ਪੇੜ ਲਾਣ ਨਾਲ ਛਾਂ ਕੌੜੀ ਹੋ ਜਾਏਗੀ ਟੁੱਟੇ ਹੋਏ ਚੰਨ ਦੀ ਜ਼ਬਾਨ ਅਸਮਾਨ 'ਚ ਰਹਿ ਗਈ ਹੈ ਹੁਣ ਖामोशी ਦਾ ਕੀ ਹੋਏਗਾ ਮੈਂ ਖੁਦਾ ਦੀ ਆਵਾਜ਼ ਦੀ ਤਰ੍ਹਾਂ ਆਪਣੀ ਆਵਾਜ਼ ਤੋਂ ਦੂਰ ਰਹਿਣਾ ਚਾਹੁੰਦੀ ਹਾਂ ਮੈਂ ਕਦੇ ਜ਼ਬਾਨ ਨਹੀਂ ਹਾਰੀ ਤੇ ਨਾ ਕਦੇ ਹੱਥ ਛੁੱਟੇ ਹਨ ਸੂਰਜ ਰੰਗਾਂ ਨਾਲ ਬੇਵਫਾਈਆਂ ਨਿਭਾਉਣਾ ਰਹਿੰਦਾ ਮੈਂ ਖੁਦਾ ਤੋਂ ਜ਼ਿਆਦਾ ਹੀ ਇਕੱਲੀ ਹਾਂ ਪਰ ਆਪਣੇ ਗੁਨਾਹਾਂ 'ਚ ਸ਼ਰੀਕ ਸ਼ਰੀਕਾ ਜ਼ਮੀਰ ਦਾ ਜ਼ਹਿਰ ਤਾਂ ਸੋਕਰੇਟ ਦੇ ਪਿਆਲੇ ਨਾਲੋਂ ਵੀ ਵੱਡਾ ਹੈ ਅਮਰਤਾ ਦੁਆ ਫਕੀਰ ਤੋਂ ਵੱਧ ਭੁੱਖੀ ਹੁੰਦੀ ਹੈ ਮੈਂ ਕਿੰਨੀ ਮਿੱਟੀ ਤੋੜਾਈਆਂ ਤੋਖਲਿਆਂ ਦੀਆਂ ਜੁੱਤੀਆਂ ਟੁੱਟਦੀਆਂ ਰਹੀਆਂ ਤੇ ਦਿਲ 'ਚ ਦੁਆ ਦਾ ਕਿਲ ਖੁੱਬਦਾ ਰਿਹਾ ਤਬੀਅਤ ਬਹੁਤ ਖਰਾਬ ਰਹਿਣ ਲੱਗ ਪਈ ਅਮਰਤਾ ਕਾਸ਼ ਤੂੰ ਕੋਲ ਹੁੰਦੀ ਇੱਥੇ ਮੈਂ ਕਿਹਦੇ ਨਾਲ ਗੱਲ ਕਰਾਂ ਕੌਣ ਹੈ ਕਦੇ-ਕਦੇ ਤਾਂ ਰਾਤ ਪਰ ਚੀਕਾਂ ਮਾਰਨ ਦਾ ਦੌਰਾਂ ਪੈ ਜਾਂਦਾ ਹੈ ਜਦੋਂ ਹੋਸ਼ ਆਉਂਦੀ ਹੈ ਤਾਂ ਬਹੁਤ ਸ਼ਰਮਿੰਦਗੀ ਹੁੰਦੀ ਹੈ ਕਰਵਾਲੇ ਵਿਚਾਰੇ ਖਾਮ ਕਾ ਪਰੇਸ਼ਾਨ ਹੋ ਜਾਂਦੇ ਹਨ ਸਾਰੀ ਰਾਤ ਤੁਰਦੀ ਰਹਿੰਦੀ ਆ ਪੈਰਾਂ ਉਤੇ ਸੋਜ ਆ ਜਾਂਦੀ ਹੈ ਕਦੇ-ਕਦੇ ਜੀਬ ਵੀ ਥਥਲਾਉਣ ਲੱਗ ਪੈਂਦੀ ਹੈ ਦੁਆ ਕਰ ਅਮਰਤਾ ਮੈਂ ਮਿੱਟੀ ਤੋਂ ਵੱਧ ਖਾਮੋਸ਼ ਹੋ ਜਾਵਾਂ ਡਾਕਟਰਾਂ ਦਾ ਕਹਿਣਾ ਕਿ ਜੇਕਰ ਮੇਰਾ ਵਿਆਹ ਕਰ ਦਿੱਤਾ ਜਾਏ ਤਾਂ ਮੈਂ ਠੀਕ ਹੋ ਜਾਵਾਂਗੀ ਰਿਸ਼ਤੇ ਤਾਂ ਬਹੁਤ ਆਉਂਦੇ ਹਨ ਅਮਰਤਾ ਦੋਸਤ ਨਹੀਂ ਮਿਲਦਾ ਗੱਲ ਨੂੰ ਜ਼ਿਆਦਾ ਜਾਣ ਜਾਣਾ ਹੀ ਤਾਂ ਦੁੱਖ ਹੈ ਮੈਂ ਝੂਠ ਮਕਾਰੀ ਫਰੇਬ ਸਭ ਤੋਂ ਵਕਫਾ ਰਿਸ਼ਤਾ ਕਿਦੇ ਨਾਲ ਬਰਨਾ ਅਮਰੋਜ਼ ਨੂੰ ਬਹੁਤ-ਬਹੁਤ ਸਲਾਮ ਮੈਂ ਅਮਰੋਜ਼ ਦੀ ਦਿਲ ਤੋਂ ਕਦਰ ਕਰਦੀ ਆ ਖੁਦ ਨੋਸ਼ਤ ਲਿਖ ਰਹੀ ਆ ਜਲਦ ਅਰਸਾਲ ਕਰਾਂਗੀ ਖੁਦ ਨੋਸ਼ਤ ਮਤਲਬ ਸਵੈ ਜੀਵਨੀ ਤੇਰਾ ਖਤ ਆਉਣ ਤੇ ਨਵੀਂ ਜ਼ਿੰਦਗੀ ਮਿਲਦੀ ਹੈ ਸਾਰਾ ਸ਼ਗੁਫਤਾ ਮੱਚਦੀ 부ਝਦੀ ਔਰਤ ਤੇ ਕੁਝ ਦਿਨਾਂ ਬਾਅਦ ਸਾਰਾ ਨੇ ਆਪਣੀ ਦਾਸਤਾਨ ਦਾ ਆਖਰੀ ਹਿੱਸਾ ਲਿਖ ਕੇ ਭੇਜ ਦਿੱਤਾ ਜਿਸ ਉਹ ਤੇ 25 ਨਵੰਬਰ 1982 ਦੀ ਤਾਰੀਖ ਸੀ ਮੇਰੀ ਜ਼ਿੰਦਗੀ ਚ ਕਈ ਮਰਦ ਆਏ ਪਰ ਮੈਂ ਸਿਰਫ ਇੱਕ ਅੱਧ ਮਰਦ ਦੀ ਹੈਰਤ ਵਿੱਚ ਸ਼ਰੀਕ ਰਹੀ ਉਮਰ ਕਿਉਂਕਿ ਵੱਡੀ ਹੈ ਇਸ ਲਈ ਖਡਾਉਣੇ ਛੇਤੀ ਟੁੱਟ ਜਾਂਦੇ ਆਂ ਜ਼ਿਆਦਾਤਰ ਇਕੱਲੇ ਹੀ ਸਮੁੰਦਰ ਤੇ ਜਾਂਦੇ ਆਂ ਤਾਂ ਸਮੁੰਦਰ ਦੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਦੇ ਜ਼ਾਤ ਵਿੱਚ ਫਰੇਬ ਤੇ ਮੱਕਾਰੀ ਨਹੀਂ ਹੈ ਜਦ ਵੀ ਕੋਈ ਮਿਲਦਾ ਹੈ ਮੇਰੀਆਂ ਸਚਾਈਆਂ ਸੁਣ ਕੇ ਕਦਮ ਚੁਰਾ ਲੈਂਦਾ ਹੈ ਮੇਰਾ ਵੀ ਜੀ ਕਰਦਾ ਹੈ ਕੋਈ ਅਮਰੋਜ਼ ਜਿੰਨਾ ਵੱਡਾ ਆਦਮੀ ਮੈਨੂੰ ਮਿਲੇ ਤੇ ਮੈਂ ਇਕੱਲਾ ਇਕਲਤਾ ਦੀ ਜ਼ਾਬਤੋਂ ਬਚਾਂ ਲਿਖਣ ਦੀ ਵਜ੍ਹਾ ਤੋਂ ਘਰ ਵਾਲੇ ਸਖਤ ਨਫ਼ਰਤ ਕਰਦੇ ਹਨ ਕਹਿੰਦੇ ਹਨ ਤੂੰ ਖਾਨਦਾਨ ਦੀ ਮਿੱਟੀ ਪਲੀਤ ਕਰ ਰਹੀ ਹੈ ਚੰਗਾ ਹੋਏਗਾ ਜੇਕਰ ਮੌਤ ਤੈਨੂੰ ਆਪਣੀਆਂ ਗੋਸ਼ਟ ਲੈ ਲਵੇ ਆਏ ਦਿਨ ਰਸਾਲਿਆਂ ਚ ਅਖਬਾਰਾਂ ਚ ਸਾਰੀਆਂ ਸ਼ਾਇਆਂ ਤਹਰਾਂਦੀ ਰਹਿਣੀਆਂ ਕਰਜ ਕੋਈ ਪੁਰਾਣਾ ਆ ਜਏ ਧਾਮੀ ਛੇਤੀ ਨਾਲ ਰੱਦੀ ਚੁਣਨ ਲੱਗਦੀ ਹੈ ਫਿਰ ਮੇਰੇ ਲਫ਼ਜ਼ ਅਗਦੀ ਨਸਰ ਹੋ ਜਾਂਦੇ ਹਨ ਤੱਕੜੀ ਦੇ ਕਪਲੇ ਹਮੇਸ਼ਾ ਵਟਾ ਹੁੰਦਾ ਤੇ ਸ਼ਾਇਦ ਇਸੇ ਦਾ ਨਾਮ ਇਨਸਾਫ ਜਾਂ ਸੱਚਾਈ ਹੈ ਪੱਥਰੀ ਤੈਂ ਇਨਸਾਫ ਕਰਦੇ ਹਨ ਨਫ਼ਰਤ ਦੀਆਂ ਧੱਜੀਆਂ ਨਾਲ ਭਰੀਆਂ ਹੋਈਆਂ ਅੱਖਾਂ ਜਦ ਮੈਨੂੰ ਵੇਖਦੀਆਂ ਹਨ ਤਾਂ ਮੈਂ ਆਪਣਾ ਦਿਲ ਪੜਨ ਲੱਗਦੀ ਹਾਂ ਸੱਚਾਈਆਂ ਨਾਲ ਲੋਕ ਮਰਨ ਲੱਗਣ ਤਾਂ ਮੁਰਦਾ ਲੋਕਾਂ ਦੇ ਝੂਠ ਜਮਾ ਰੱਖੋ कि ਸਾਨੂੰ ਨੰਗੀਆਂ ਅੱਖਾਂ ਨੂੰ ਵੀ ਦਖਣਾ ਦਫਨਾਉਣਾ ਹੁੰਦਾ ਹੈ ਮੈਂ ਜ਼ਿੰਦਗੀ ਚ ਚਾਰ ਵੇਰ ਖੁਦਕੁਸ਼ੀ ਕੀਤੀ ਹੈ ਪਰ ਮੌਤ ਨਹੀਂ ਆਈ ਖੁਦਾ ਦਿਨ ਗਿਣ ਰਿਆ ਹੋਵੇ ਤਾਂ ਜ਼ਹਿਰ ਅੰਮ੍ਰਿਤ ਬਣ ਜਾਂਦੀ ਹੈ ਅਜੇ 6 ਮਹੀਨੇ ਪਹਿਲਾਂ ਮੈਂ ਆਪਣੀ ਚੌਥੀ ਕਿਤਾਬ ਅੱਖਾਂ ਮੁਕੰਮਲ ਕਰ ਲਈ ਤਾਂ ਫਿਰ ਜ਼ਾਇਕਾ ਬਦਲਣ ਦੀ ਸੋਚੀ ਬਾਜ਼ਾਰ ਤੋਂ ਜ਼ਹਿਰ ਖਰੀਦ ਕੇ ਲਈ ਆਈ ਤੇ ਫਿਰ ਆਪਣੀ ਬਹੁਤ ਹੀ ਪਿਆਰੀ ਦੋਸਤ ਅਮਰਤਾ ਪ੍ਰੀਤਮ ਨੂੰ ਖੱਤ ਲਿਖਿਆ ਬਹੁਤ ਤਫਸੀਲ ਨਾਲ ਉਸ ਰਾਤ ਅਮੀਨੇ ਮੈਨੂੰ ਚਾਹ ਲਿਆ ਕੇ ਦਿੱਤੀ ਤੇ ਮੈਂ ਚਾਹ ਦੇ ਨਾਲ ਹੀ ਜ਼ਹਿਰ ਵੀ ਪੀ ਲਿਆ। ਇੱਕ ਛੋਟਾ ਜਿਹਾ ਖਤ ਲਿਖਿਆ ਕਿ ਮੈਂ ਖੁਦਕੁਸ਼ੀ ਕਰ ਰਹੀ ਹਾਂ। ਇਸ ਦੁਨੀਆ ਨੂੰ ਥੁੱਕ ਦੇਣਾ ਚਾਹੁੰਦੀ ਹਾਂ। ਮੈਂ ਉਹ ਖਤ ਅਮੀਨ ਨੂੰ ਦਿੱਤਾ। ਅਮੀ ਹੈਰਾਨ ਜੀ ਹੋਈ। ਉਹ ਪੜ੍ਹੀ ਲਿਖੀ ਨਹੀਂ ਹੈ। ਮੈਂ ਉਹਦੇ ਉਹਨੇ ਖਤ ਲਿਖ ਲਿਆ ਤੇ ਮੈਂ ਕਿਹਾ ਇਹ ਖਤ ਸਵੇਰੇ ਮੇਰੇ ਵੱਡੇ ਭਰਾ ਨੂੰ ਦੇ ਦੇਣਾ। ਮੇਰਾ ਮਕਸਦ ਇਹ ਸੀ ਕਿ ਬਾਅਦ ਵਿੱਚ ਪੁਲਿਸ ਮੇਰੇ ਘਰ ਵਾਲਿਆਂ ਨੂੰ ਤੰਗ ਨਾ ਕਰੇ। ਜ਼ਹਿਰ ਖਾਣ ਬਾਅਦ ਗਈ ਰਾਤ ਤੱਕ ਮੈਂ ਅਮੀ ਨਾਲ ਗੱਲਾਂ ਕਰਦੀ ਰਹੀ। ਅਚਾਨਕ ਮੈਂ ਅਮੀ ਤੋਂ ਪੁੱਛਿਆ ਅਮੀ ਕੀ ਜ਼ਿੰਦਗੀ 'ਚ ਤੁਸੀਂ ਕਦੇ ਕਿਸੇ ਨਾਲ ਇਸ਼ਕ ਕੀਤਾ ਅਮੀ ਬਹੁਤ ਨਰਾਜ਼ ਹੋਈ ਤੇ ਕਿਹਾ ਮੈਂ ਤੇਰੇ ਪਿਤਾ ਤੋਂ ਇਲਾਵਾ ਕਿਸੇ ਬੰਦੇ ਨੂੰ ਨਜ਼ਰ ਭਰ ਕੇ ਨਹੀਂ ਵੇਖਿਆ ਤੇ ਉੱਠ ਕੇ ਦੂਜੇ ਕਮਰੇ 'ਚ ਚਲੀ ਗਈ ਫਿਰ ਮੈਂ ਬਿਹੋਸ਼ ਹੋ ਗਈ ਘਰ ਵਾਲੇ ਜਿਨਾ ਹਸਤਾ ਲੈ ਗਏ ਮੈਨੂੰ ਆਕਸੀਜਨ ਲੱਗੀ ਰਹੀ 4 ਦਿਨਾਂ ਬਾਅਦ ਮੈਨੂੰ ਹੋਸ਼ ਆਇਆ ਵੇਖਿਆ ਉਹੀ ਜ਼ਮੀਨ ਉਹੀ ਆਵਾਜ਼ਾਂ ਉਹੀ ਸਨਨਾਟਾ ਜਾਨ ਹੈ ਕਿ ਕੰਡਿਆਲੀ ਛਾੜੀ ਹੈ ਪਿੱਛਾ ਹੀ ਨਹੀਂ ਛੱਡਦੀ ਮੈਨੂੰ ਬਹੁਤ ਦੁੱਖ ਹੋਇਆ ਮੇਰੇ ਵਾਲੇ ਦੁਆਲੇ ਪੁਲਿਸ ਵਾਲੇ ਖੜੇ ਸਨ ਪੁੱਛਣ ਲੱਗੇ ਤੈਨੂੰ ਕਿਸ ਨੇ ਜ਼ਹਿਰ ਦਿੱਤਾ ਸੀ ਜਾਂ ਤੂੰ ਘਾਤ ਕੀਤਾ ਇਹ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦੇਂਦੀ ਮੇਰੀ ਅੰਮੀ ਨੇ ਪਾਗਲਖਾਨੇ ਦਾ ਸਰਟੀਫਿਕੇਟ ਦਿਖਾ ਦਿੱਤਾ ਤੇ ਆਖਿਆ ਇਹਦਾ ਜ਼ہنی ਤوازن ਠੀਕ ਨਹੀਂ ਹੈ ਪਾਗਲ ਹੈ ਹਾਂ ਗਈ ਸਮੇਂ ਪਾਗਲਖਾਨੇ ਜਦ ਮੈਨੂੰ ਪਾਗਲਖਾਨੇ ਯਾਨੀ ਕਿ ਕਰਾਚੀ ਦੇ ਦਿਮਾਗੀ ਨਫ ਸਿਆਸੀ ਹਸਪਤਾਲ ਵਿੱਚ ਹੋਸ਼ ਆਇਆ ਤਾਂ ਲੱਖਾਂ ਤੇ ਜਿੰਦਰੇ ਦੀ ਅੱਖ ਲੱਗੀ ਹੋਈ ਸੀ ਪਾਗਲ ਔਰਤਾਂ ਮੇਰੇ ਵਾਲੇ ਦੁਆਲੇ ਘੁੰਮ ਰਹੀਆਂ ਸਨ ਕਿਸੇ ਦੀਆਂ ਅੱਖਾਂ ਖਲਾ ਨਾਲ ਟੰਗੀਆਂ ਗਈਆਂ ਸਨ ਕੋਈ ਆਪਣੇ ਹਾਸੇ ਨਾਲ ਮਰ ਰਹੀ ਸੀ ਕੁਝ ਔਰਤਾਂ ਬਿਲਕੁਲ ਠੀਕ ਠਾਕ ਸਨ ਉਹਨਾਂ ਨੂੰ ਜਾਇਦਾਦ ਦੇ ਚੱਕਰ 'ਚ ਪਾਗਲਖਾਨੇ ਦਾਖਲ ਕਰਵਾਤਾ ਗਿਆ ਸੀ ਇੱਕ ਕੁੜੀ ਸਮਗਲਿੰਗ ਕਰਦੀ ਸੀ ਪੁਲਿਸ ਤੋਂ ਬਚਣ ਲਈ ਉਹਨੇ ਇਹ ਧੋង ਰਚਾਇਆ ਸੀ ਦੂਜੀ ਕੁੜੀ ਲਗਾਤਾਰ ਇਹੀ ਕਹਿੰਦੀ ਰਹਿੰਦੀ ਸੀ ਮੇਰਾ ਅਜ਼ਾਰ ਬੰਦ ਨਾ ਖੋਲੋ ਇੱਕ ਹੋਰ ਔਰਤ ਵੀ ਸਿਰਫ ਇਹ ਕਹਿੰਦੀ ਸੀ ਮੈਨੂੰ ਨਾ ਮਾਰੋ ਇੱਕ ਆਵਾਜ਼ੇ ਸੀ ਮੈਂ ਇੰਨੀ ਮਰਦ ਬਰਦਾਸ਼ਤ ਨਹੀਂ ਕਰ ਸਕਦੀ। ਜੋ ਔਰਤ ਰੌਲਾ ਪਾਉਂਦੀ ਜਾਂ ਮਾਰਕੁੱਟ ਕੇ ਮਾਰਕੁੱਟ ਤੇ ਉਤਰ ਆਉਂਦੀ ਉਹਨੂੰ ਸੰਗਲਾਂ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਮੈਨੂੰ ਇਸ ਕੈਦ ਤੋਂ ਬੜੀ ਵਹਿਸ਼ਤ ਹੁੰਦੀ ਸੀ। ਨਾ ਕੋਈ ਸੁਣਨ ਵਾਲਾ, ਨਾ ਕੋਈ ਪੁੱਛਣ ਵਾਲਾ। ਉਸ ਵਾਰ ਮੈਂ 15 ਦਿਨ ਹਸਪਤਾਲ 'ਚ ਰਹੀ। ਬਹੁਤ ਮੁਸ਼ਕਲ ਨਾਲ ਕਾਗਜ਼ ਤੇ ਕਲਮ ਹਾਸਲ ਕੀਤੀ ਤੇ ਸਿਰਫ ਪਾਗਲਾਂ ਦੀ ਗੁਫ਼ਤਗੂ ਲਿਖਦੀ ਰਹੀ। ਛੇਤੀ ਸ਼ਾਇਆ ਕਰਵਾਵਾਂਗੀ। ਉਨਜ ਹੁਣ ਤੱਕ ਚਾਰ ਵਾਰੀ ਪਾਗਲਖਾਨੇ ਰਹਿ ਕੇ ਆ ਚੁੱਕੀ ਹਾਂ ਬੇਸ਼ੁਮਾਰ ਇਲੈਕਟ੍ਰਿਕ ਸ਼ੌਕ ਲੱਗ ਚੁੱਕੇ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਯਾਦਦਾਸ਼ਤ ਬਹੁਤ ਕਮਜ਼ੋਰ ਹੋ ਗਈ ਹੈ ਕਦੇ ਕਦੇ ਆਪਣਾ ਮਾਜ਼ੀ ਭੁੱਲ ਜਾਂਦੀ ਹਾਂ ਹੈਰਤ ਮੇਰਾ ਸ਼ਿਕਾਰ ਕਰਦੀ ਰਹਿੰਦੀ ਹੈ ਬੁੱਢਾ ਚੰਨ ਮੈਨੂੰ ਵੇਖ ਰਿਹਾ ਤੇ ਮੈਂ ਮੈਂ ਸਿਆਹ ਹੋ ਰਹੀ ਹਾਂ ਸੂਰਜ ਜਦੋਂ ਮੇਰੇ ਘਰ ਤੋਂ ਲੰਘਿਆ ਸੀ ਤਾਂ ਕਹਿ ਰਿਹਾ ਸੀ ਵੇਖ ਇਸ ਸਦੀ ਦੀ ਸਿਆਹ ਔਰਤ ਜਿਹਨੂੰ ਤਸਮੇ ਅੰਤੋਂ ਜ਼ਿਆਦਾ ਕਸਤਤਾ ਗਿਆ ਹੈ ਇਹ ਇਨਸਾਨਾਂ ਦੀ ਖੇਤੀ ਹੈ ਪਰ ਇਹਦਾ ਦਾਵਾ ਜ਼ਮੀਨ ਦੇ ਦਾਣੇ ਨਾਲੋਂ ਵੱਧ ਮੁਸ਼ਕਿਲ ਹੈ ਸੁਰੇਦੀ ਆਵਾਜ਼ ਔਰਤ ਨੇ ਸੁਣੀ ਤਾਂ ਚਾਰਦੁਆਰੀ ਦੀ ਖੁੱਕ ਚੋਂ ਬਾਹਰ ਨਿਕਲੀ ਤੇ ਵੇਖਿਆ ਮਿੱਟੀ ਉੱਤੇ ਤਾਰੇ ਰੋ ਰਹੇ ਹਨ ਤੇ ਜ਼ਮੀਨ ਗਰਦ ਹੋ ਰਹੀ ਹੈ ਉਹਨੇ ਇਨਕਾਰ ਨੂੰ ਕਈ ਚਿਹਰਿਆਂ ਤੋਂ ਵੇਖਿਆ ਔਰਤ ਨੇ ਆਪਣੀ ਅੱਖਾਂ ਤੋਂ ਪੁੱਛਿਆ ਮੇਰਾ ਨਾਂ ਕੀ ਹੈ ਅੱਖਾਂ ਜਿਨ੍ਹਾਂ ਉੱਤੇ ਵਕਤ ਦਾ ਗ੍ਰਹਿਣ ਲੱਗ ਚੁੱਕਾ ਸੀ ਕਹਿਣ ਲੱਗੀਆਂ ਆਦਮ ਦਰਿਆ ਜੋ ਸਦੀਆਂ ਤੋਂ ਆਪਣਾ ਰਸਤਾ ਬਦਲ ਰਿਹਾ ਸੀ ਤੇ ਉਹਦਾ ਅਤੀਤ ਸਿਰਫ ਇੱਕ ਜ਼ਮੀਨ ਰਹਿ ਗਈ ਸੀ ਉਹਨੇ ਸੁਣਿਆ ਤੇ ਬੋਲਿਆ ਇਹ ਔਰਤ ਮੇਰਾ ਸਫ਼ਰ ਗਵਾਹੀ ਦਿੰਦਾ ਕਿ ਤੇਰਾ ਨਾਂ ਆਦਮ ਨਹੀਂ ਹਵਾ ਹੈ ਹਵਾ ਨੇ ਕਾਲੀ ਕਾਲੀ ਆਪਣੇ ਕਦਮ ਬੁਲੇਟੇ ਤੇ ਕਿਆ ਰਾਹੀ ਤੂੰ ਠੀਕ ਕਹਨਾ ਹੈ ਜ਼ਮੀਨ ਲੁੱਟਣ ਤੋਂ ਪਹਿਲਾਂ ਮੇਰਾ ਨਾਂ ਚਾਰਦਵਾਰੀ ਨਹੀਂ ਹਵਾ ਸੀ ਮੈਂ ਸਦੀਆਂ ਤੋਂ ਮਰ ਰਹੀ ਹਾਂ ਤੇ ਸਿਆਹਾ ਸਦੀਆਂ ਤੋਂ ਹੀ ਵਕਤ ਨੂੰ ਖੜੀਆਂ ਚ ਕੈਦ ਕਰ ਦਿੱਤਾ ਗਿਆ ਹੈ ਔਰਤ ਸੋਚਣ ਲੱਗੀ ਉਹਦੀ ਰਿਆਸਤ ਚਾਦਰ ਕੁਛਾਈ ਤੋਂ ਵੱਡੀ ਨਹੀਂ ਹੁੰਦੀ ਤੇ ਲਾਠੀਆਂ ਦਾ ਮੌਸਮ ਸਹਿਣਾ ਉਹਦਾ ਦਸਤੂਰ ਹੁੰਦਾ ਹੈ ਆਦਮ ਦੇ ਇੱਜੜ ਵਿੱਚ ਹਰ ਕਿੱਲੇ ਤੇ ਹਵਾ ਤੋਂ ਜ਼ਿਆਦਾ ਰਸੀ ਲੰਮੀ ਹੁੰਦੀ ਹੈ ਹਵਾ ਨੇ ਸੋਚਣਾ ਛੱਡਿਆ ਤਾਂ ਪੱਥਰਾਂ ਨੂੰ ਕਹਿਣ ਲੱਗੀ ਰੋਟੀ ਮਸਰਾਂ ਦੀ ਦਾਲ ਨਾਲ ਚੰਗੀ ਲੱਗਦੀ ਹੈ ਤੂੰ ਤਾਂ achar ਨਾਲ ਵੀ ਚੰਗਾ ਨਹੀਂ ਲੱਗਿਆ ਇਹ ਖੁੱਲਾ ਅਸਮਾਨ ਹੀ ਸਾਡੀ ਛੱਤ ਹੈ ਤੁਸੀਂ ਕੌਣ ਹੁੰਦੇ ਹੋ ਸਾਨੂੰ ਚਾਰ ਇੱਟਾਂ 'ਚ ਦਫ਼ਨ ਕਰਨ ਵਾਲੇ ਅੱਜ ਤਾਂ ਮੈਂ ਇੰਨਾ ਸੱਚ ਬੋਲਾਂਗੀ ਕਿ ਰੱਸੀ ਆਪਣੀ ਤਵਾਰੀਖ ਭੁੱਲ ਜਾਏਗੀ ਖੋਲੋ ਮੇਰੀ ਅੰਗੀ ਦੇ ਬੰਦ ਪਰ ਤੁਹਾਡੀ ਭੁੱਖ ਸਿਰਫ ਇੱਕ ਬੁਰਕੀ ਹੀ ਹੋਏਗੀ ਕਿਉਂ ਚੱਖਦੇ ਹੋ ਆਪਣੀਆਂ ਮਾਵਾਂ ਨੂੰ ਕਿਉਂ ਕਰਦੇ ਹੋ ਭੈਣਾਂ ਦੀ ਚਾਦਰ ਕੁਛਾਈ ਖਾਓ ਪਹਿਲਾਂ ਆਪਣੇ ਨੁਤਫੇ ਬੀਜ ਦੀ ਸੰਗ ਪਰ ਤੁਸੀਂ ਆਪਣਾ ਨੁਤਫਾ ਨਹੀਂ ਜਾਣਦੇ ਤੁਸੀਂ ਕੀ ਜਾਣੋ ਕਿ ਚਵੰਨੀ ਕਿਵੇਂ ਵਿਕਦੀ ਹੈ ਤੇ ਆਨਾ ਕਿਵੇਂ ਵਿਕਦਾ ਹੈ ਮਾਵਾਂ ਦੀ ਮੰਡੀ 'ਚ ਜਿਸਮਾਂ ਦੀ ਸੌਦਾਗਰੀ ਕਰਦੇ ਹੋ ਤੁਸੀਂ ਆਪਣੇ ਜਿਸਮ ਨਾਲ ਔਰਤ ਨੂੰ ਨਹੀਂ ਮਾਪ ਸਕਦੇ ਕਿ ਔਰਤ ਆਪਣੀ ਕਿ ਔਰਤ ਆਪ ਦੀ ਸੁਰੰਗ ਵਿੱਚੋਂ ਇਨਸਾਨ ਜਣਦੀ ਹੈ ਆਪਣੀ ਹਾਇਆ ਵਿੱਚੋਂ ਨਹੀਂ ਮੇਰੀ ਨਾਨੀ ਦੀ ਨਾਨੀ ਤੇ ਦਾਦੀ ਦੀ ਦਾਦੀ ਤੇ ਮਾਂ ਦੀ ਮਾਂ ਨਾਲ ਜਿਨਾ ਕੀਤਾ ਗਿਆ ਤੇ ਜ਼ਬਰ ਦੇ ਕਾਰੀ ਪੈਦਾ ਕੀਤੇ ਹਸ਼ਰ ਵਾਲੇ ਦਿਨ ਵੀ ਖੁਦਾ ਮਾਵਾਂ ਕੋਲੋਂ ਜਵਾਬ ਮੰਗੇਗਾ ਤਾਂ ਤੁਹਾਡੀਆਂ ਮੁਫਲਿਸ ਮਾਵਾਂ ਕੀ ਬੋਲੀ ਲਾਣਗੀਆਂ ਖੁਦਾ ਤੋਂ ਕਿ ਤੁਸੀਂ ਉਸ ਵੇਲੇ ਵੀ ਕਹੋਗੇ ਕਿ ਮਾਂ ਤੋਂ ਜ਼ਿਆਦਾ ਜੁੱਤੀ ਮਹਿੰਗੀ ਹੁੰਦੀ ਹੈ ਤੁਸੀਂ ਮੇਰੀ ਇੱਕ ਰਾਤ ਦਾ ਮੁਆਵਜ਼ਾ ਵੀ ਨਹੀਂ ਦੇ ਸਕਦੇ ਔਰਤਾਂ ਦੀਆਂ ਛਾਤੀਆਂ ਸਦੀਆਂ ਤੋਂ ਭੁੱਖੀਆਂ ਹਨ ਤੇ ਸਦੀਆਂ ਤੋਂ ਜ਼ੇਰੇ ناف ਜਿਉਣ ਵਾਲੀ ਔਰਤ ਵੀ ਮਰ ਚੁੱਕੀ ਹੈ ਅੱਖਾਂ ਦਾ ਕਾਲ ਪੈ ਗਿਆ ਤੇ ਇਨਸਾਨ ਦੀ ਤਾਂ ਬੰਜਰ ਸਾਈ ਲਹਿਰਾ ਰਹੇ ਹਨ ਕਿਹੜੇ ਬਾਜ਼ਾਰਾਂ 'ਚ ਜਾਂਦੇ ਹੋ ਉੱਥੇ ਕਦੇ ਦੁੱਖ ਨਹੀਂ ਵਿਕਿਆ ਕਿਹੜੇ ਪਲ ਤੁਹਾਡੇ ਕੋਲ ਰਹਿ ਗਏ ਹਨ ਕਿ ਅੱਧੀ ਰੋਟੀ ਨੂੰ ਅੱਧੀ ਰੋਟੀ ਦੀ ਭੁੱਖ ਰਹਿੰਦੀ ਹੈ ਪਿਆਸ ਝੂਠੀ ਨਹੀਂ ਹੁੰਦੀ ਪਲ ਇਹਨੇ ਤਰਿਹਾਈ ਹਨ ਕਿਉਂ ਨਹੀਂ ਜਾਣਦੇ ਕਿ ਤੁਹਾਨੂੰ ਭੁੱਖ ਕਦੋਂ ਲੱਗਦੀ ਹੈ ਔਰਤ ਜੇ ਤੁਹਾਨੂੰ ਜੰਮਦੀ ਹੈ ਤਾਂ ਔਰਤ ਵਿੱਚ ਇੱਕ ਕਬਰ ਵੀ ਹੁੰਦੀ ਹੈ ਤੁਹਾਡੇ खरे ਖੋਟੇ ਸਿੱਕੇ ਔਰਤ ਹੀ ਜਾਣਦੀ ਹੈ ਔਰ ਦੇ ਤੰਦੂਰ ਉੱਤੇ ਰੋਟੀਆਂ ਲਾਉਣ ਤੋਂ ਪਹਿਲਾਂ ਤੁਸੀਂ ਜ਼ਿਆਦਾ ਭੁੱਖੇ ਹੁੰਦੇ ਹੋ ਕਿ ਤੁਹਾਡੀਆਂ ਜੁੱਤੀਆਂ ਰਾਤਾਂ ਦਾ ਲਗਾਨ ਆਪਣੀ ਮਕਰੂ ਹਾਸੇ ਨਾਲ ਦਿੰਦੇ ਹੋ ਔਰ ਦੀ ਖੁੱਡ ਵਿੱਚ ਠਾਕਾ ਲਾਉਣ ਵਾਲੇ ਸੱਪ ਤੋਂ ਵੱਧ ਮਸਤਾਨੀ ਤੋਰ ਨਾਲ ਤੁਰਦੇ ਹਨ ਉਹਨਾਂ ਨੂੰ ਕੌਣ ਦੱਸੇ ਕਿ ਵਕਤ ਦੀ ਪਟਾਰੀ ਦਾ ਮੂੰਹ ਅਜੇ ਖੁੱਲ੍ਹਾ ਹੈ ਸਪੇਰ ਨੇ ਸਿਰਫ ਅਜੇ ਮਣਕਾ ਹੀ ਸੁਟਿਆ ਹੈ ਇਨਸਾਫ਼ ਦੀ ਤਕੜੀ ਦੇ ਇੱਕ ਪੱਲੇ ਹਮੇਸ਼ਾ ਵੱਟੇ ਤਲਦੇ ਹਨ ਪਰ ਮੈਂ ਤੁਹਾਨੂੰ ਕੈਦ ਰੱਖਾਂਗੀ ਆਪਣੀ ਆਵਾਜ਼ ਵਿੱਚ ਮੈਂ ਤੁਹਾਨੂੰ ਕੈਦ ਕਰਾਂਗੀ ਆਪਣੀਆਂ ਸੱਚਾਈਆਂ ਨਾਲ ਤੇ ਨਾਦਾਨੀਆਂ ਥੁੱਕਣ ਤੋਂ ਪਹਿਲਾਂ ਅਕਲ ਦਾ ਵਾਅਦਾ ਕਰ ਲੈਣਾ ਜ਼ਬਰ ਤਸ਼ੱਦਦ ਬਰਤਰੀ ਦਾ ਅਹਿਸਾਸ ਇਹ ਰਹੀ ਤੁਹਾਡੀ ਜ਼ਮੀਨ ਤੇ ਇਹ ਰਹੇ ਤੁਹਾਡੇ ਮੌਸਮ ਇਨਸਾਨ ਦਾ ਇਨਸਾਨ ਤੁਸੀਂ ਤਾਂ ਆਹਲਾ ਨਸਲ ਦੇ ਕੁੱਤੇ ਵੀ ਨਹੀਂ ਮੈਂ ਕਿਵੇਂ ਤੁਹਾਡੇ ਲਈ ਇੱਕ ਚੋਰ ਦਾ ਇhtਰਾਮ ਕਰਾਂ ਕਿਵੇਂ ਦੱਸਾਂ ਕਿ ਮੇਰੀਆਂ ਭੈਣਾਂ ਦੇ ਦੁਪੱਟੇ ਤਾਂ ਰੰਗ ਸਜਾਂ ਕੋਲ ਹਨ ਕੋਰੀਆਂ ਅੱਖਾਂ ਤੋਂ ਤਾਂ ਮੈਨੂੰ ਗਿਲਾਨੀ ਆਉਂਦੀ ਹੈ ਤੁਸੀਂ ਉਹ ਆਦਮ ਨਹੀਂ ਜਿਨੂੰ ਹਵਾ ਲੱਭਦੀ ਹੈ ਉਹ ਆਦਮ ਉਹ ਹਵਾ ਤਾਂ ਜਜ਼ਬਿਆਂ ਦੇ ਮਾਲਕ ਸਨ ਘਰ 'ਚ ਜੇਕਰ ਦੁੱਖ ਦੀ ਪੱਠੀ ਵੱਲਦੀ ਸੀ ਤਾਂ ਦੋਹਾਂ ਦੀਆਂ ਅੱਖਾਂ ਅੰਗਿਆਰ ਹੋ ਜਾਂਦੀਆਂ ਸਨ ਤੇ ਦਿਲ ਦੇ ਅੰਗਿਆਰਿਆਂ ਉੱਤੇ ਹੀ ਦੋਵੇਂ ਜਗਦੇ ਬੁੱਝਦੇ ਸਨ ਵੰਜਲੀ ਦੀ ਲੈ ਉਹਨਾਂ ਦੇ ਕਦਮ ਗਿਣਦੀ ਸੀ ਤੇ ਮਿੱਟੀ ਦੀ ਦੁਆ ਸਾਨੂੰ ਦੋਵੇਂ ਤੇ ਮੈਂ ਮੈ ਤਾਂ ਹੱਥਾਂ ਤੋਂ ਡਿੱਗੀ ਹੋਈ ਦੁਆਹਾ ਸਾਰਾ ਸ਼ਗੁਫਤਾ 25 11 82 ਸੋਏਸੀ ਕਿ ਮੱਚ ਦੀ ਬੁੱਝਦੀ ਔਰਤ ਸਾਰਾ ਸ਼ਗੁਫਤਾ ਜਿਨੇ ਸੁਕਰਾਟ ਦੇ ਪਿਆਲੇ ਤੋਂ ਵੀ ਵੱਡਾ ਜ਼ਮੀਰ ਦਾ ਜ਼ਹਿਰ ਪੀ ਲਿਆ ਦੁਨੀਆ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਕਿਤਾਬਾਂ ਹਨ ਜਿਹੜੀਆਂ ਲੋਕਾਂ ਨੇ ਜੇਲ੍ਹਾਂ 'ਚ ਲਿਖੀਆਂ ਸਿਰਫ ਚਿੰਤਨਸ਼ੀਲ ਲੋਕਾਂ ਨੇ ਨਹੀਂ ਫਰਾਂਸ ਦੇ ਯਾਂ ਯਾਨੀ ਵਰਗੇ ਨਾਮੀ ਗੁਨਾਹਗਾਰਾਂ ਨੇ ਵੀ ਪਰ ਸਾਰਾ ਇੱਕ ਹੀ ਅਜਈ ਔਰਤ ਹੈ ਜਿਨੇ پاਗ پاگل ਕਰਾਰ ਦਿੱਤੇ ਜਾਣ ਬਾਅਦ ਪਾਗਲਖਾਨੇ ਚ ਬੈਠ ਕੇ ਪਾਗਲ ਔਰਤਾਂ ਦੀ ਗੁਫ਼ਤਗੂ ਲਿਖੀ ਤੇ ਜਿਨੇ ਮੁਅੱਜਜ਼ ਲੋਕਾਂ ਦੀ ਦੁਨੀਆ ਚ ਜ਼ੇਰੇ ਨਾਫ ਜਿਉਣ ਤੋਂ ਇਨਕਾਰ ਕਰ ਦਿੱਤਾ ਮੈਂ ਨਹੀਂ ਜਾਣਦੀ ਸਾਰਾ ਦੀਆਂ ਕਿੰਨੀਆਂ ਨਜ਼ਮਾਂ ਤੇ ਕਿੰਨੇ ਖੱਤ ਮੇਰੇ ਤੱਕ ਪਹੁੰਚਦੇ ਪਹੁੰਚਦੇ ਸੈਂਸਰ ਦੀ ਨਜ਼ਰ ਹੋ ਗਏ ਤੇ ਕਿੰਨੇ ਉਸ ਰੱਦੀ ਚ ਸੜ ਗਏ ਜਿਹੜੀ ਰੱਦੀ ਉਹਦੇ ਘਰ ਚ ਸੜੀ ਜਾਂਦੀ ਸੀ ਪਰ ਜੋ ਕੁਝ ਵੀ ਮੇਰੇ ਤੱਕ ਪਹੁੰਚਿਆ ਮੈਨੂੰ ਇੱਕ ਤਰਤੀਬ ਦੇ ਕੇ ਛੇਤੀ ਤੋਂ ਛੇਤੀ ਕਿਤਾਬ ਦੀ ਸੂਰਤ ਸਾਰਾ ਤੇ ਨਜ਼ਰ ਕਰਨਾ ਚਾਹੀਦੀ ਸੀ 1982 ਚ ਸਾਰਾ ਦਾ ਜਿਹੜਾ ਆਖਰੀ ਖੱਤਾ ਆ ਉਸ ਉਤੇ 11 ਅਕਤੂਬਰ ਦੀ ਤਾਰੀਖ ਸੀ ਤੇ ਉਹਦੀ ਦਾਸਤਾਂ ਦਾ ਜਿਹੜਾ ਆਖਰੀ ਹਿੱਸਾ ਮਿਲਿਆ ਉਸ ਉਤੇ 25 ਨਵੰਬਰ ਦੀ ਤਾਰੀਖ ਸੀ ਕਿਤਾਬ ਪ੍ਰੈਸਟ ਸੀ ਤੇ ਆਖਰੀ ਹਿੱਸਾ ਮੈਂ ਤਰਜਮਾ ਕਰ ਰਹੀ ਸੀ ਜਦ ਖਬਰ ਮਿਲੀ ਸਾਰਾ ਬਹੁਤ ਬਿਮਾਰ ਹੈ ਹਸਪਤਾਲ ਚ ਹੈ ਮੈਂ ਕਦੇ ਕਿਤਾਬ ਦੇ ਪਹਿਲੇ ਹਿੱਸੇ ਦੇ ਪ੍ਰੂਫ ਵੇਖਦੀ ਕਦੇ ਆਖਰੀ ਹਿੱਸੇ ਦਾ ਤਰਜਮਾ ਕਰਦੀ ਖੌਫ ਜ਼ਿਆਦਾ ਸੀ ਜਾਣਦੀ ਸਾਂ ਕਿ ਬੇਸ਼ੱਕ ਸਾਰਾ ਨੇ ਆਪਣੀਆਂ ਚਾਰ ਕਿਤਾਬਾਂ ਦਾ ਸਿਲਸਿਲਾ ਜ਼ਿਹਨ 'ਚ ਬਣਾ ਰੱਖਿਆ ਪਰ ਉੱਥੇ ਉਹਦੀ ਇੱਕ ਵੀ ਕਿਤਾਬ ਸ਼ਾਇਆ ਨਹੀਂ ਹੋ ਸਕੇਗੀ ਤੇ ਮੈਂ ਚਾਹੁੰਦੀ ਸਾਂ ਘਟ ਤੋਂ ਘਟੇ ਕਿਤਾਬਾਂ ਨੂੰ ਜ਼ਰੂਰ ਦੇ ਸਕਾਂ ਮੇਰੇ ਮਾਸਕ ਨਾਮੇ ਜਿਕ ਕਾਲਮ ਜਾਰੀ ਸੀ ਮੱਚ ਦੇ ਅਖਰ ਜਿਸ 'ਚ ਕੁਝ ਮਹੀਨਿਆਂ ਤੋਂ ਬਾਅਦ ਮੈਂ ਸਾਰਾ ਦੀ ਨਜ਼ਮ ਸ਼ਾਇਆ ਕਰਦੀ ਸਾਂ ਉਹੀ ਕਾਲਮ ਮੇਰੇ ਸਾਹਮਣੇ ਸੀ ਤੇ ਜਿਵੇਂ 15 ਨਵੰਬਰ 1981 ਦੇ ਖਾਤ ਵਿਚ ਸਾਰਾ ਨੇ ਲਿਖਿਆ ਸੀ ਜੇਕਰ ਮੇਰਾ ਜ਼ਿੰਦਗੀ ਨਾਮਾ ਵੀ ਛਪ ਜਾਏ ਉਹਨੂੰ ਸਾਹਮਣੇ ਰੱਖਦੇ ਹੋਏ ਕਿਤਾਬ ਨੂੰ ਨਾਂ ਦਿੱਤਾ ਜਾਏ ਮੱਚ ਦੇ ਅੱਖਰ ਸਾਰਾ ਸੁਗਫਤਾ ਦਾ ਜ਼ਿੰਦਗੀ ਨਾਮਾ 1983 ਦੇ ਫਰਵਰੀ ਦੇ ਮਹੀਨੇ ਚ ਜਦ ਕਿਤਾਬ ਦੀ ਜਿਲਦ ਬੰਦੀ ਹੋਈ ਤਾਂ ਛੇਤੀ ਨਾਲ ਕੁਝ ਕਿਤਾਬਾਂ ਡਾਕ ਰਹੀਂ ਸਾਰਾ ਦੇ ਨਾਮ ਭੇਜ ਦਿੱਤੀਆਂ ਕੁਝ ਮਹੀਨੇ ਖਾਮੋਸ਼ੀ ਨਾਲ ਲੰਘ ਗਏ ਫਿਰ ਪਤਾ ਚੱਲਿਆ ਉਹ ਕਿਤਾਬ ਸਾਰਾ ਤੱਕ ਨਹੀਂ ਪਹੁੰਚੀਆਂ ਪਰ ਇਸ ਦੌਰਾਨ ਕੁਝ ਹੋਰ ਅਦੀਬ ਕਰਾਚੀ ਤੋਂ ਆਏ ਸਨ ਮਲੇ ਸਨ ਜਿਨ੍ਹਾਂ ਨੂੰ ਕਿਤਾਬ ਦੀ ਕਿਕਾਪੀ ਮੈਂ ਤੋਹਫੇ ਦੇ ਤੌਰ ਤੇ ਦਿੱਤੀ ਸੀ ਤੇ ਉਹਨਾਂ ਨੇ ਉੱਥੇ ਸਾਰਾ ਦੀ ਕਿਤਾਬ ਸਾਰਾ ਨੂੰ ਦਿਖਾਈ ਵੀ ਤੇ ਦਿੱਤੀ ਵੀ ਅਹਿਮਦ ਸਲੀਮ ਦਾ ਖਤ ਆਇਆ ਕਿ ਸਾਰਾ ਦੀ ਮਾਂ ਹੁਣ ਇਸ ਦੁਨੀਆ 'ਚ ਨਹੀਂ ਹੈ ਤੇ ਸਾਰਾ ਬਹੁਤ ਪਰੇਸ਼ਾਨ ਹੈ ਪਰ ਕਿਤਾਬ ਨੂੰ ਹੱਥ 'ਚ ਫੜੇ ਕਈ ਵਾਰ ਬੱਚਿਆਂ ਹਾਰ ਖੁਸ਼ ਹੋ ਜਾਂਦੀ ਹੈ ਤੇ ਕਦੇ ਕਿਸੇ ਵਰਕੇ ਉੱਤੇ ਹੱਥ ਧਰ ਕੇ ਉਹ ਤੋਂ ਪੁੱਛਦੀ ਹੈ ਸਲੀਮ ਪੜ੍ਹ ਕੇ ਦੱਸੇ ਕਿਹੜੀ ਨਜ਼ਮ ਹੈ ਤੇ ਕਦੇ ਕਿਸੇ ਹੋਰ ਵਰਕੇ ਉੱਤੇ ਹੱਥ ਧਰ ਕੇ ਪੁੱਛਦੀ ਹੈ ਬੜੀ ਜਰਾ ਇੱਥੇ ਕੀ ਲਿਖਿਆ ਧੰਨਵਾਦ